ਸਟਾਟ ਕਾਰਲ ਗੁਸਤਾਫ ਜੌਂਗ ਨੇ ਕਿਹਾ ਹੈ ਕਿ ਅਗਰ ਕੋਈ ਰੁੱਖ ਸਵਰਗ ਨੂੰ ਛੂੰਹਦਾ ਹੈ ਤਾਂ ਜ਼ਰੂਰ ਉਸ ਦੀਆਂ ਜੜ੍ਹਾਂ ਨਰਕ ਵਿੱਚ ਹੋਣਗੀਆਂ। ਡੈਂਡੀ ਜੌਂਗ ਨੇ ਹਮੇਸ਼ਾ ਇਹ ਮੰਨਿਆ ਹੈ ਕਿ ਜੇਕਰ ਕੋਈ ਇੱਕ ਸਿਰੇ 'ਤੇ ਖੜ੍ਹਾ ਹੈ ਤਾਂ ਉਹ ਜ਼ਰੂਰ ਦੂਜੇ ਸਿਰੇ ਤੋਂ ਹੋ ਕੇ ਆਇਆ ਹੋਊ, ਜੇਕਰ ਹਲੇ ਨਹੀਂ ਤਾਂ ਜਾਵੇਗਾ ਜ਼ਰੂਰ। ਡੰਡੀ ਉਹ ਹਾਸੇ ਰੋਣੇ ਅਤੇ ਸੁੱਖ ਦੁੱਖ ਬਾਰੇ ਵੀ ਇਹੀ ਗੱਲ ਕਰਦਾ ਹੈ ਕਿ ਜਿਸ ਨੇ ਜ਼ਿੰਦਗੀ ਦੀ ਹਰ ਖੁਸ਼ੀ ਲੈਣੀ ਹੈ ਤਾਂ ਜ਼ਿੰਦਗੀ ਦਾ ਹਰ ਦੁੱਖ ਵੀ ਲੈਣਾ ਹੀ ਹੋਵੇਗਾ। ਡੰਡੀ ਹੈਰਾਨੀ ਦੀ ਗੱਲ ਹੈ ਕਿ ਜੌਂਗ ਮੰਡਲ ਦੀ ਵੀ ਗੱਲ ਕਰਦਾ ਹੈ ਜੋ ਭਾਰਤੀ ਦਰਸ਼ਨ ਵਿੱਚ ਇੱਕ ਜ਼ਿੰਦਗੀ ਦੀ ਸਾਰੀ ਕਹਾਣੀ ਦਾ ਬਿਆਨ ਹੈ। ਡੈਂਡੀ ਜੇਕਰ ਤੁਸੀਂ ਸੈਕਰਡ ਗੇਮਸ ਸੀਰੀਜ਼ ਦੇਖੀ ਹੋਵੇ ਤਾਂ ਤੁਸੀਂ ਨੋਟ ਕਰਿਆ ਹੋਣਾ ਉਸ ਵਿੱਚ ਵੀ ਮੰਡਲ ਦਾ ਜ਼ਿਕਰ ਆਉਂਦਾ ਜੋ ਜ਼ਿੰਦਗੀ ਦੇ ਹਰ ਗੁੱਝੇ ਭੇਦ ਨੂੰ ਬਿਆਨ ਕਰਦਾ ਹੈ। ਡੈਂਡੀ ਇਸ ਲਈ ਜੇਕਰ ਤੁਸੀਂ ਦੁੱਖ ਵਿੱਚੋਂ ਗੁਜ਼ਰ ਰਹੇ ਹੋ ਤਾਂ ਉਦਾਸ ਨਾ ਹੋਵੋ। ਜ਼ਿੰਦਗੀ ਆਪਣੀ ਸਭ ਦੀ ਕਲਪਨਾ ਤੋਂ ਵੀ ਪਰੇ ਵੀ ਹੈ। ਡੈਂਡੀ ਪਹਿਲੋਂ ਕਾਹਲੋਂ ਨੇ ਕਿਹਾ ਹੈ ਕਿ ਸਵੇਰ ਹੋਣ ਤੋਂ ਕੁਝ ਪਲ ਪਹਿਲਾਂ ਸਭ ਤੋਂ ਸੰਘਣਾ ਹਨੇਰਾ ਹੁੰਦਾ ਹੈ। ਡੈਂਡੀ ਚੱਲਦੇ ਰਹੋ, ਆਰਾਮ ਲੈ ਲਵੋ, ਕੁਝ ਦੇਰ ਮੁਕਾਮ ਆ ਜਾਵੇਗਾ। ਡੈਂਡੀ